ਉੱਤੇ ਆ, ਘੇਰਾ ਪਾਇਆ ਇਹਦੇ ਅੰਦਰਲੀ ਆਤਮਾ, ਕਿਉਂਕਿ ਜਿਹੋ ਜਿਹੇ ਮਾਹੌਲ ਵਿੱਚ ਰਹਾਂਗੇ ਅੰਦਰ ਸਾਡੇ ਉਦਾਂ ਦਾ ਹੈ ਮਾਹੌਲ ਬਣ ਜਾਂਦਾ ਹੈ। ਤੇ ਉਸ ਬੱਚੇ ਨੂੰ ਦੀ ਆਤਮਾ ਇਹ ਸੇਧ ਦੇ ਰਹੀ ਹੈ, ਸੰਗ ਸਦਾ ਹੈ ਨਾ ਦੇ ਗੁਰ ਮੇਰੇ, ਸੰਗ ਸਦਾ ਹੈ ਸਤਿਗੁਰੂ
ਅਨੰਦਪੁਰ ਇਤਨੀ ਕਿਰਪਾ ਨਾ ਕਰਦੇ ਤੇ ਫਿਰ ਆਜ਼ਾਦੀ ਥੋੜ੍ਹਾ ਆਉਣੀ ਸੀ ਹਿੰਦੁਸਤਾਨ ਚ ਭਾਈ, ਆਜ਼ਾਦੀ ਦਾ ਨਿੱਕ ਕਿਵੇਂ ਮਾਣਦੇ ਆਪਾਂ ਭਾਈ। ਇਸ ਸੇਵਾ ਦੇ ਵਿੱਚ ਸਤਿਗੁਰਾਂ ਨੇ ਆਪਣੇ ਬੱਚੇ, ਰਿਸ਼ਤੇਦਾਰ, ਮਾਤਾ ਪਿਤਾ ਸਭ ਨਿਛਾਵਰ ਕੀਤਾ। ਇਹ ਖੋਜ ਕਹਿੰਦੀ ਹੈ ਰੱਬ ਦੇ ਨਾਂ ਤੇ ਜੋ ਤੁਸੀਂ ਨਿਛਾਵਰ ਕਰ ਦਿਓਗੇ ਉਹ ਬਚੂਗਾ ਵੀ ਵਧੂਗਾ ਵੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰੱਬ ਤੋਂ ਟੁੱਟ ਕੇ ਜਿੰਨਾ ਜੋੜੋਗੇ ਨਾ ਉਹਨੇ ਵਧਣਾ ਨਾ ਉਹਨੇ ਸੁੱਖ ਦੇਣਾ, ਨਾ ਉਹਨੇ ਬਚਣਾ ਨਾ ਉਹਨੇ ਸੁੱਖ ਦੇਣਾ। ਇਹ ਅਸੂਲ ਹੈ ਭਾਈ, ਪੱਲੇ ਬੰਨਣਾ ਚਾਹੀਦਾ ਰੱਬ ਦੇ ਨਾਂ ਤੇ। ਜੋ ਵੀ ਲਡਾਇਆ ਜਾਂ ਨਿਛਾਵਰ ਕੀਤਾ ਜਾਏ, ਵੰਡਿਆ ਜਾਏ, ਦਿੱਤਾ ਜਾਏ ਉਹ ਬਚੂਗਾ, ਸਦਾ ਰਹੂਗਾ ਤੇ ਸੁੱਖ ਵੀ ਦੇਊਗਾ। ਉਹ ਬੱਚੇ ਨੂੰ ਉਹ ਸੰਗਤ ਕਰਨ ਵਾਲੀ ਉਹਦੀ ਆਤਮਾ ਕਹਿੰਦੀ ਕੋਈ ਗੱਲ ਨੀ ਗੁਰੂ ਨਾਲ ਹੈ। ਬਾਣੀ ਚ ਵੀ ਲਿਖਿਆ ਜਾਮ ਗੁਰ ਹੋਏ ਬਲ ਲੱਖ ਬਾਹੇ ਕਿਆ ਕੀ ਜੈ। ਲੱਖ ਬਾਹਾਂ ਹੁੰਦੀਆਂ 50,000 ਬੰਦੇ ਦੀਆਂ, ਦੋ ਬਾਹਾਂ ਹੁੰਦੀਆਂ ਨੇ ਇੱਕ ਬੰਦੇ ਦੀਆਂ। ਬਾਣੀ ਚ ਲਿਖਿਆ ਲੱਖ ਬਾਹਾਂ ਹੋਈਆਂ 50,000 ਬੰਦੇ ਦੀਆਂ ਤੇ ਗੁਰਮੁਖ ਦਾ ਬਾਲ ਨੀ ਕੋਈ ਪੰਗਾ ਕਰ ਸਕਦਾ। ਆਖੋ ਸਤਨਾਮ। ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਬਿੰਗਾ ਹੋਆ। ਵਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖਨਾਸੇ। ਬਾਲ ਪੰਗਾ ਨਹੀਂ ਹੁੰਦਾ। ਉਹ ਬੱਚੀ ਨੇ ਇਹ ਭਲੀ ਪ੍ਰਕਾਰ ਸੁਣਿਆ ਸੀ ਸੰਗਤ ਵਿੱਚ ਬੈਠ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚੋਂ। ਹਾਂਜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਏ।